ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਦੋਸਤੋ, ਰੋਡ ਦੇ ਉੱਪਰ ਕਈ ਵਾਰ ਤੁਹਾਨੂੰ ਇਹੋ ਜਿਹੀ ਚੀਜ਼ ਮਿਲ ਜਾਂਦੀ ਆ ਵੀ ਤੁਹਾਡਾ ਉਹਨੂੰ ਫਲਮਾਣ ਤੋਂ ਬਿਨਾਂ ਲੰਘਿਆ ਨਹੀਂ ਜਾਂਦਾ। ਸੋ ਇਸ ਕਰਕੇ ਆਹ ਤੁਸੀਂ ਜਾਣਦੇ ਆ ਸਾਰੇ, ਬਾਈ ਆਕਾ ਇਹਨੂੰ ਜ਼ਹਿਰ ਕਹਿੰਦੇ ਆ, ਪਰ ਇਸ ਜ਼ਹਿਰ ਦੇ ਵਿੱਚ ਵੀ ਬਹੁਤ ਜ਼ਿਆਦਾ ਫਾਇਦੇ ਨੇ, ਉਹ ਮੈਂ ਤੁਹਾਨੂੰ ਲੱਗਾ ਦੱਸਣ। ਆਹ ਜਿਵੇਂ ਕਿ ਫੁੱਲ ਖਿਲਿਆ ਹੋਇਆ ਬਾਈ, ਇਹਦੇ ਵਿੱਚ ਆਹ ਇੱਕ ਫਿਰਕੀ ਜਿਹੀ ਨਿਕਲੂਗੀ। ਆਹ ਦੇਖੋ, ਆਹ ਇੱਕ ਫਿਰਕੀ ਜਿਹੀ ਨਿਕਲਦੀ ਇਹਦੇ ਵਿੱਚੋਂ, ਅਤੇ ਇਸ ਫਿਰਕੀ ਨੂੰ ਇੱਕ ਅੱਧੀ ਨੂੰ ਤੁਸੀਂ ਖਾ ਸਕਦੇ ਆ ਬਾਈ। ਹੱਡ ਉੱਡ ਦੁਖਦੇ ਆ, ਦਰਦ ਉਰਦ ਹੁੰਦਾ ਮਾੜਾ ਮੋਟਾ, ਉਹ ਗਰਮ ਬਹੁਤ ਹੁੰਦੀ ਹੈ ਇਹ। ਇਸ ਕਰਕੇ ਨਾ ਜਿਹੜਾ ਇਹਨੂੰ ਕਹੋ ਨਾ ਵੀ ਤੁਸੀਂ ਵੀ ਜਿਹੜੀ ਗਰਮ ਚੀਜ਼ ਆ, ਇਸ ਕਰਕੇ ਨਾ ਗਰਮੀਆਂ ਦੇ ਦਿਨਾਂ ਦੇ ਵਿੱਚ ਤੁਸੀਂ ਉਸ ਹਿਸਾਬ ਨਾਲ ਖਾਣੀ ਆ। ਇਸ ਫਿਰਕੀ ਨੂੰ ਤੁਸੀਂ ਇੱਕ ਫਿਰਕੀ ਨੂੰ ਖਾ ਸਕਦੇ ਆ, ਅਤੇ ਇਹਨੂੰ ਖਾ ਕੇ ਆ ਦੇਖੋ ਤੁਹਾਨੂੰ ਇੱਦਾਂ ਨਾ ਇਹ ਲੱਗ, ਇਹਦਾ ਸਵਾਦ ਆ ਜਿਹੜਾ ਮਿੱਠਾ ਮਿੱਠਾ ਮਿੱਠੀ ਕੌੜਾ ਕੌੜਾ, ਮਤਲਬ ਕਸੈਲਾ ਇੱਦਾਂ ਦਾ ਸਵਾਦ ਆ। ਇਹਦੇ ਨਾਲ ਕੀ ਹੁੰਦਾ, ਜਿਹੜੇ ਜੋੜਾਂ ਦੇ ਦਰਦ ਆ, ਜਿਹੜੇ ਆਪਾਂ ਨੂੰ ਟੈਂਪਰੇਲੀ ਹੁੰਦੇ ਆ, ਕੋਈ ਪੱਕਾ ਇਲਾਜ ਨਹੀਂ ਹੈਗਾ ਵੀ ਤੁਹਾਡਾ ਕੋਈ ਇਹਨੇ ਪੱਕਾ ਇਲਾਜ ਕਰ ਦੇਣਾ। ਪਰ ਹਾਂ ਦੇਖੋ, ਆਹ ਫਿਰਕੀ ਹੁੰਦੀ ਦੋਸਤੋ ਵਿੱਚ, ਬਾਕੀ ਹੋਰ ਨਹੀਂ ਕੁਛ ਖਾਣਾ, ਥੱਲੇ ਜ਼ਹਿਰ ਆ ਸੁਦੀ। ਆਹ ਇੱਕ ਫਿਰਕੀ ਤੋੜਨੀ ਆ, ਆਹ ਦੇਖੋ ਇਸ ਫਿਰਕੀ ਨੂੰ ਇੱਥੇ ਰੱਖਣਾ ਹੱਥ 'ਤੇ, ਫਿਰ ਇਹਨੂੰ ਖਾ ਲੈਣਾ ਉਸਨੂੰ। ਅਤੇ ਇਹ ਵੀ ਇੱਕ ਤਰ੍ਹਾਂ ਦਾ ਤੁਹਾਡੇ ਕਹਿ ਲਓ ਵੀ ਤੁਹਾਡੀ ਬਾਏਬਾਦੀ, ਤੁਹਾਡਾ ਯੂਰਿਕ ਐਸਿਡ ਇੱਦਾਂ ਦਾ ਹੋਇਆ, ਉਹ ਤੁਹਾਡੇ ਹੱਡ ਜਿਹੜੇ ਦੁਖਦੇ ਆ ਉਹ ਤੁਹਾਨੂੰ ਰਿਲੀਫ ਮਿਲੂਗਾ ਇਹ ਚੀਜ਼ ਤੋਂ। ਇੱਕ ਚੀਜ਼ ਦਾ ਧਿਆਨ ਰੱਖਿਓ, ਇਹ ਨਾ ਹੋਵੇ ਵੀ ਸਵਾਦ ਲੱਗੀਆਂ ਜਾਂ ਕਿੱਦਾਂ, 10-12 ਇਕੱਠੀਆਂ ਖਾ ਲਓ, ਫਿਰ ਹੋਰ ਇਹ ਤੁਹਾਨੂੰ ਖਰਾਬ ਵੀ ਕਰੂਗਾ। ਇਹ ਸਿਰਫ ਇੱਕ ਖਾਣੀ ਆ, ਤੀਜੇ ਦਿਨ ਤੁਸੀਂ ਇੱਕ ਖਾ ਸਕਦੇ ਆ, ਤੁਹਾਨੂੰ ਫਾਇਦਾ ਦਿਖੂਗਾ ਭਾਈ। ਇਹ ਤੁਸੀਂ ਆਪਣਾ ਯੂਜ਼ ਕਰ ਲਿਓ, ਨਹੀਂ ਫਾਇਦਾ ਦਿਖੂਗਾ ਬਾਈ ਇਹਨੂੰ ਸਤਿ ਸ਼੍ਰੀ ਅਕਾਲ ਕਰ ਦਿਓ। ਇਹ ਜਾਣਕਾਰੀ ਤੁਹਾਨੂੰ ਦੇਣੀ ਬਹੁਤ ਜ਼ਰੂਰੀ ਸੀਗੀ। ਅਤੇ ਇਹ ਹੈਗਾ ਦੋਸਤੋ ਅੱਕ, ਕਹਿੰਦੇ ਹੁੰਦੇ ਵੀ ਜਿਹੜਾ ਮਾੜਾ ਹੁੰਦਾ ਨਾ, ਜਿਹ 'ਚ ਅਵਗੁਣ ਹੁੰਦੇ ਆ, ਜਿੱਦਾਂ ਲਸਣ ਹੋ ਗਿਆ, ਉਹਦੇ ਵਿੱਚ ਕਹਿੰਦੇ ਮੁਸ਼ਕਾਂ ਦਾ ਨਾ, ਜੇ ਉਹਦੇ ਉਹ 'ਚ ਸਮੈਲ ਆਉਂਦੀ ਆ ਤਾਂ ਉਹਦੇ 'ਚ ਫਾਇਦੇ ਵੀ ਹੁੰਦੇ ਆ। ਸੋ ਇਹ ਕਿਆ ਆ, ਇਹ ਅੱਕ ਆ, ਇਹਨੂੰ ਆਪਾਂ ਜ਼ਹਿਰ ਕਹਿੰਦੇ ਹਾਂ, ਜਿਵੇਂ ਕਿ ਇਹ ਕਹਿ ਲਓ ਵੀ ਦੁੱਧ 'ਚ ਸੂਦੀ ਜ਼ਹਿਰ ਆ, ਠੀਕ ਆ ਨਾ, ਇੱਕ ਜ਼ਹਿਰੀਲਾ ਇਹ ਜਿਹੜਾ ਬੂਟਾ ਆ। ਪਰ ਇਸ ਜ਼ਹਿਰੀਲੇ ਬੂਟੇ ਨੂੰ ਵੀ ਜਿਹੜੇ ਨਾ ਫਾਇਦੇ ਆ ਉਹਦੇ, ਤੁਹਾਨੂੰ ਉਹ ਵੀ ਸਮੇਂ ਸਮੇਂ ਦੇ ਨਾਲ ਇਹ ਆਪਣੇ ਫਾਇਦੇ ਤੁਹਾਨੂੰ ਦਿੰਦਾ ਦੱਸਦਾ ਆ। ਅਤੇ ਇਸ ਕਰਕੇ ਬਾਈ ਕੋਈ ਵੀ ਚਾਹੇ ਕਿੰਨਾ ਵੀ ਮਾੜਾ ਕੋਈ ਬੰਦਾ ਹੋਵੇ, ਚਾਹੇ ਕੋਈ ਬੂਟਾ ਹੋਵੇ ਜਾਂ ਕੋਈ ਚੀਜ਼ ਵਾ, ਉਹਦੇ ਵਿੱਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਆ। ਸੋ ਉਸ ਗੁਣ ਦੇ ਕਾਰਨ ਹੀ ਇਹ ਜਿਹੜਾ ਕੀ ਆ ਤੁਹਾਨੂੰ ਇਹ ਧਰਤੀ ਦੇ ਉੱਪਰ ਇਹ ਚੀਜ਼ਾਂ ਦਿਖ ਰਹੀਆਂ ਨੇ। ਸੋ ਇਹ ਜਾਣਕਾਰੀ ਦੋਸਤੋ ਜੇਕਰ ਤੁਹਾਨੂੰ ਚੰਗੀ ਲੱਗੀ ਆ ਅਤੇ ਵੀਡੀਓ ਨੂੰ ਮਾੜਾ ਜਿਹਾ ਕਰ ਦੇਣਾ ਸ਼ੇਅਰ, ਅਤੇ ਇਹਦੇ ਫਾਇਦੇ ਸਿਰਫ ਇੰਨੇ ਕਾ। ਅਤੇ ਜੇਕਰ ਮੰਨ ਲਓ ਕਈ ਵਾਰ ਸਾਨੂੰ ਇੱਦਾਂ ਹੁੰਦਾ ਯਾਰ ਸਾਡੇ ਹੱਡ ਪੈਰ ਗੋਡੇ ਬਹੁਤ ਦੁਖਣ ਲੱਗ ਪੈਂਦੇ ਹੈ ਨਾ, ਅਤੇ ਆਪਾਂ ਕੀ ਕਰਦੇ ਹਾਂ ਟੈਂਪਰੇਲੀ ਲਈ ਸਾਨੂੰ ਆਪਾਂ ਕੋਲ ਲੱਭਦੇ ਹਾਂ ਯਾਰ ਸਾਡੇ ਕੋਲ ਇਲਾ ਹੋਵੇ ਜਿਹਦੇ ਨਾਲ ਸਾਨੂੰ ਯੂਰਿਕ ਐਸਿਡ ਹੋਇਆ ਜਾਂ ਇੱਦਾਂ ਚੀਜ਼ ਨਾ ਦਿਖੇ ਹੋਵੇ, ਅਤੇ ਉਹ ਤੁਸੀਂ ਇਹ ਵਰਤ ਸਕਦੇ ਹਾਂ। ਇਹ ਤੀਜੇ ਦਿਨ, ਰੋਜ਼ ਨਹੀਂ ਖਾਣੀ, ਤੀਜੇ ਦਿਨ ਖਾਣੀ ਆ ਬਾਈ। ਅਤੇ ਤੀਜੇ ਦਿਨ ਖਾ ਕੇ ਤੁਸੀਂ ਇਹਨੂੰ 2-4 ਦਿਨ ਖਾ ਕੇ ਨਾ ਤੁਸੀਂ ਇਹਨੂੰ ਦੇਖੋਗੇ ਤੁਹਾਡਾ ਜਿਹੜਾ ਮਾੜਾ ਮੋਟਾ ਯੂਰਿਕ ਐਸਿਡ ਆ, ਜਾਂ ਜਿੱਦਾਂ ਕਹਿ ਲਓ ਵੀ ਗੋਡੇ ਕਈਆਂ ਦੇ ਜੋੜ ਦੁਖਣ ਲੱਗ ਪੈਂਦੇ, ਇੱਦਾਂ ਦਰਦ ਲੱਗ ਪੈਂਦਾ ਹੋਣ, ਸਰੀਰ ਉੱਤੇ ਹੋਰ ਤਰ੍ਹਾਂ ਹੋ ਜਾਂਦਾ, ਉਹ ਚੀਜ਼ਾਂ ਠੀਕ ਹੋ ਗਈਆਂ। ਪਰ ਇਹ ਵੀ ਨਾ ਹੋਵੇ ਕਿ ਬਾਈ ਇਹ 'ਚ ਜਾਣਕਾਰੀ ਦਿੱਤੀ ਤਾਂ ਤੁਸੀਂ ਅਬਾ ਗਾਉਣੇ ਖਾ ਲਓ ਨਾ, ਉਹ ਵੀ ਬਿਮਾਰ ਕਰੂਗੀ ਤੁਹਾਨੂੰ। ਇਸ ਕਰਕੇ ਇੱਕ ਖਾਣੀ ਆ, ਤੀਜੇ ਦਿਨ ਤੁਹਾਨੂੰ ਫਾਇਦਾ ਦਿਖੇ ਤਾਂ ਖਾ ਲਿਓ, ਨਹੀਂ ਫਾਇਦਾ ਦਿਖੇ ਤਾਂ ਬੰਦ ਕਰ ਦਿਓ। ਆ ਤੁਹਾਡੇ ਸਾਹਮਣੇ ਖਾਧੀ ਆ, ਅਤੇ ਇਹਨੂੰ ਤੁਸੀਂ ਆਪਣੇ ਆਲੇ ਦੁਆਲੇ ਲੱਭ ਕੇ ਉਹਨੂੰ ਤੁਸੀਂ ਵਰਤ ਸਕਦੇ ਹਾਂ। ਸੋ ਦੋਸਤੋ, ਇਹ ਅੱਕ ਆ, ਇਹ ਅੱਕ ਦੇ ਉੱਪਰ ਜਿਹੜਾ ਫੁੱਲ ਲੱਗਾ ਆ, ਇਹਦੇ ਉੱਪਰਲੀ ਜਿਹੜੀ ਆ ਫਿਰਕੀ ਆ, ਬਸ ਤੁਹਾਨੂੰ ਫਿਰ ਦੱਸਦਾ ਇਹ ਤੋੜਨੀ ਆ, ਬਾਕੀ ਹੋਰ ਕੁਛ ਨਹੀਂ ਤੋੜਨਾ। ਇਹ ਫਿਰਕੀ ਨੂੰ ਇੱਦਾਂ ਤੁਸੀਂ ਤੋੜ ਲੈਣਾ, ਤੋੜਨ ਤੋਂ ਬਾਅਦ ਆ ਦੇਖੋ ਇਹ ਇੱਦਾਂ ਦੀ ਕੁਛ ਦਿਖੇਗੀ ਤੁਹਾਨੂੰ, ਅਤੇ ਇਸ ਫਿਰਕੀ ਨੂੰ ਖਾਣਾ, ਠੀਕ ਆ, ਕੱਚੀ ਨੂੰ, ਆਹ ਦੇਖੋ ਜੀ ਆਹ ਖਾਣੀ ਆ, ਅਤੇ ਇਹਦੇ ਫਾਇਦੇ ਤੁਹਾਨੂੰ ਜ਼ਰੂਰ ਦਿਖਣਗੇ। ਧੰਨਵਾਦ ਆ ਦੋਸਤੋ, ਮੈਂ ਤੁਹਾਡਾ ਆਪਣਾ ਕੁਲਵੀਰ ਸਾਧੜਾ ਨਵਾਂ ਸ਼ਹਿਰ।
ਤੁਸੀਂ ਸਾਡੇ ਚੈਨਲ 'ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲਿਓ, ਅਤੇ ਤੁਸੀਂ ਸਾਨੂੰ ਯੂਟਿਊਬ ਦੇ ਉੱਪਰ ਫੋਲੋ ਕਰ ਸਕਦੇ ਹਾਂ, ਫਾਰਮਿੰਗ ਟਰੈਵਲਸ ਚੈਨਲ ਦਾ ਨਾਮ ਹੈ, ਅਤੇ ਦੂਜਾ ਨਾਮ ਹੈਗਾ ਕੁਲਵੀਰ ਸਾਧਨਾ ਨਵਾਂਸ਼ਹਿਰ, ਜਿੱਥੇ ਸਟਾਕ ਮਾਰਕੀਟ ਦੀਆਂ ਵੀਡੀਓ ਆਪਾਂ ਪਾਉਂਦੇ ਰਹਿੰਦੇ ਹਾਂ। ਸੋ ਜਾਣਕਾਰੀ ਭਰਪੂਰ ਵੀਡੀਓ ਹੁੰਦੀਆਂ, ਉੱਥੇ ਵੀ ਬਾਈ ਆਪਣੇ ਸਾਰੇ ਜਣੇ ਦਰਸ਼ਨ ਦਿਓ। ਧੰਨਵਾਦ, ਸਤਿ ਸ਼੍ਰੀ ਅਕਾਲ ਦੋਸਤ, ਧੰਨਵਾਦ।